ਦੋਪਰ ਇੱਕ ਦੂਜੇ ਦੇ ਸਾਹਮਣੇ ਹੋਗੇ ਮਤਲਬ ਸਿਆਸਤ ਨੇ ਐਸਾ ਅੱਜ ਤੱਕ ਕੁਝ ਅਦਾ ਤੁੰ ਨਹੀਂ ਇਹ ਕੋਈ ਸਾਡੀ ਨਿੱਕੀ ਲੜਾਈ ਤਾਂ ਹੈ ਨਹੀਂ ਇਹ ਤਾਂ ਸਾਡੀ ਵਿਚਾਰਾਂ ਦੀ ਲੜਾਈ ਹੈ ਕੀ ਕਦੇ ਇਹ ਨਹੀਂ ਹੋਇਆ ਚੇਤਨ ਵੱਲੋਂ ਜਾਂ ਤੁਹਾਡੇ ਵੱਲੋਂ ਕਿ ਆਪਾਂ ਇੱਕ ਪਲੇਟਫਾਰਮ ਤੇ ਲੜੀਏ ਪਹਿਲਾਂ ਇੱਕ ਪਲੇਟਫਾਰਮ ਤੇ ਸੀਗੇ ਮੇਰੀ ਸੋਚ ਇਹ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ अपना ਜਿਹੜਾ ਰਾਜਪਾਟ ਕਰਨਾ ਚਾਹੀਦਾ ਹੈ ਪੰਜਾਬ ਦੀ ਲੜਾਈ ਪੰਜਾਬ ਦੇ ਲੋਕ ਲੜ ਸਕਦੇ ਤੁਸੀਂ ਇਹ ਗੱਲ ਫਿਰ ਚੇਤਨ ਸਿੰਘ ਨੂੰ ਨਹੀਂ ਸਮਝਾਈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕੀ ਰਾਜਕਰਨ ਤੁਸੀਂ ਦਿੱਲੀ ਵਾਲਿਆਂ ਨਾਲ ਕਿਉਂ ਲੜ ਰਹੇ ਇਹ ਲੋਕ ਸਤਾਜ ਭੇਜਦੇ ਨੇ ਤਾਂ ਅਸੀਂ ਇੱਕ ਨਮੂਨਾ ਮਾਡਲ ਪੇਸ਼ ਕਰਕੇ ਦਿਖਾਵਾਂਗੇ ਰਾਜਪਾਟ ਕਿਸ ਤਰ੍ਹਾਂ ਕਰੀਂਦਾ ਹੈ ਜੇ ਨਹੀਂ ਹੁੰਦਾ ਫਿਰ ਅਸੀਂ ਨਮੂਨਾ ਪੇਸ਼ ਕਰਾਂਗੇ ਕਿ ਆਪੋਜੀਸ਼ਨ ਕੀ ਕਰ ਸਕਦੀ ਹੈ ਆਮ ਆਦੀ ਪਾਰਟੀ ਬੜੇ ਜ਼ੋਰ ਸ਼ੋਰ ਲੋਕਾਂ ਨੇ ਆਪੋਸ਼ਨ ਚ ਲੈ ਕੇ ਆਂਦੀ ਆਮ ਆਦੀ ਪਾਰਟੀ ਦਾ ਰੋਲ ਕੀ ਰਿਹਾ ਜ਼ੀਰੋ ਆਮ ਆਦੀ ਪਾਰਟੀ ਨੇ ਵਿਰੋਧੀ ਧਰ ਦੀ ਭੂਮਿਕਾ ਸਹੀ ਨਹੀਂ ਨਬਈ ਬਿਲਕੁਲ ਨਹੀਂ ਮੈਂ ਦਾਬੇ ਨਾਲ ਕਹਿਣਾ ਕੇਜਰੀਵਾਦ ਸਾਹਿਬ ਮਜੀਠੇ ਤੋਂ ਮਾਫੀ ਮੰਗ ਕੇ ਚਲੇ ਗਏ ਇੱਕ ਦਿਨ ਇਹਨਾਂ ਨੇ ਵਿਧਾਨ ਸਭਾ ਚ ਕੋਈ ਬਾਈਕਾਟ ਕੀਤਾ ਹੋਵੇ ਕੋਈ ਸਵਾਲ ਉਠਾਇਆ ਹੋਵੇ ਆਮ ਆਦੀ ਪਾਰਟੀ ਦਾ ਕਰਦਾਰ ਕੀ ਹੈ ਉਹ ਲੜਨੀ ਨਹੀਂ ਦੇਣਾ ਚਾਹੁੰਦੀ ਸੀ ਕਾਂਗਰਸ ਨਾਲ ਰਲ ਕੇ ਇਹਨੇ ਵੀ ਆਪੋਸ਼ਨ ਚੱਲੀ ਹੈ ਇਹ ਕਹਿਣ ਦਾ ਮਤਲਬ ਇਹ ਆ ਕਿ ਜੋ ਉੱਥੇ ਚੱਲ ਰਿਹਾ ਸੀ ਚਾਹੇ ਰੇਤ ਦਾ ਸੀ ਚਾਹੇ ਨਸ਼ੇ ਦਾ ਸੀ ਆਮ ਆਦਮੀ ਪਾਰਟੀ ਵਿੱਚ ਇਨਵੋਲਵ ਸੀ ਤੁਸੀਂ ਕਿਹਾ ਇਹਨਾਂ ਦੀ ਸ਼ੇਅਰਿੰਗ ਸੀ ਬਿਲਕੁਲ ਬਿਲਕੁਲ ਕਿਹੜੇ ਲੋਕ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸ ਦੇ ਨਾਲ ਮਿਲ ਕੇ ਚੱਲ ਰਹੀ ਸੀ ਖੜ ਰਹੀ ਸੀ ਪੰਜਾਬ ਨੂੰ ਵਿਰੋਧੀ ਧਿਰ ਦਾ ਨੇਤਾ ਹੋਰ ਕੌਣ ਸੀਗੇ ਜਦੋਂ ਉਹ ਪਾਰਟੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਨਹੀਂ ਚੱਲਣ ਦੇ ਰਹੇ ਕਾਨੂੰ ਸਰਕਾਰ ਆ ਗਈ ਸਰਕਾਰ ਚ ਉਹਨਾਂ ਨੇ ਕਿਹਦੀ ਚੱਲਣ ਦੇਣੀ ਹੈ ਪੁੱਡੀ ਪਾਰਟੀ ਨੇ ਐਲਾਨ ਛਡੂਨੀ ਕਰਨਗੇ ਛਡੂਨੀ ਪੰਜਾਬ ਤੋਂ ਸਿਆਸਤ ਐਸੀ ਖੇਡ ਆ ਜਿਹੜੀ ਭਰਾਵਾਂ ਨੂੰ ਹੀ ਭਰਾਵਾਂ ਦੇ ਸਾਹਮਣੇ ਖੜਾ ਕਰ ਦਿੰਦੀ ਆ ਮਜਬੂਰ ਕਰ ਦਿੰਦੀ ਆ ਟੱਕਰ ਦੇਣ ਦੇ ਲਈ ਜੋ ਰਿਸ਼ਤਿਆਂ 'ਚ ਭਰਾ ਹੁੰਦੇ ਨੇ ਸਿਆਸੀ ਤੌਰ ਤੇ ਦੁਸ਼ਮਣ ਬਣ ਜਾਂਦੇ ਨੇ ਅਜਿਹਾ ਹੀ ਹੋ ਰਿਹਾ ਸਮਾਣਾ ਸੀਟ ਤੇ ਮੁਕਾਬਲਾ ਦਿਲਚਸਪਾ ਕਿਉਂਕਿ ਇੱਕ ਪਾਸੇ ਰਿਸ਼ਪਾਲ ਸਿੰਘ ਜੋੜਾ ਮਾਜਰਾ ਨੇ ਉਹ ਕਿਸਾਨਾਂ ਦੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਚੇਤਨ ਸਿੰਘ ਜੋੜਾ ਮਾਜਰਾ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਅੱਜ ਸਾਡੇ ਨਾਲ ਨੇ ਰਿਸ਼ਪਾਲ ਸਿੰਘ ਜੋੜਾ ਮਾਜਰਾ ਜੋ ਸੰਯੁਕਤ ਸਮਾਜ ਮੋੜਚੇ ਵੱਲੋਂ ਆ ਇਸੇ ਇਸ ਸੀਟ ਤੇ ਚੋਣ ਲੜ ਰਹੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਮਤਲਬ ਸੀਟ ਬੜੀ ਦਿਲਚਸਪ ਇਸ ਕਰਕੇ ਹੋਗੀ ਕਿ ਦੋ ਭਰਾ ਇੱਕ ਦੂਜੇ ਦੇ ਸਾਹਮਣੇ ਹੋਗੇ ਮਤਲਬ ਸਿਆਸਤ ਨੇ ਐਸਾ ਹੱਦ ਤੱਕ ਚਾਦਾ ਤੁਹਾਨੂੰ ਨਹੀਂ ਇਹ ਕੋਈ ਸਾਡੀ ਨੀਚੀ ਲੜਾਈ ਤਾਂ ਹੈ ਨਹੀਂ ਇਹ ਤਾਂ ਸਾਡੀ ਵਿਚਾਰਾਂ ਦੀ ਲੜਾਈ ਹੈ ਹੁਣ ਚੇਤਨ ਨੂੰ ਆਮਾਦੀ ਪਾਰਟੀ ਦੇ ਵਿਚਾਰ ਚੰਗੇ ਲੱਗਦੇ ਨੇ ਉਹਨਾਂ ਦਾ ਸਿਸਟਮ ਚੰਗਾ ਲੱਗਦਾ ਹੈ ਉਹਨਾਂ ਨੇ ਉਹਨੂੰ ਜੁਆਇਨ ਕਰ ਲਿਆ ਉਦੋਂ ਉਹਨਾਂ ਟਿੱਕ ਟੋ ਗਈ ਮੈਂ ਇਧਰ ਪਹਿਲਾਂ ਕਾਂਗਰਸ ਚ ਸੇਵਾ ਕਰਦਾ ਰਿਹਾ ਉਦੋਂ ਕੋਈ ਦੂਸਰਾ ਆਪਸ਼ਨ ਨਹੀਂ ਸੀਗਾ ਫਿਰ ਜਦੋਂ ਸੁਖਪਾਲ ਖੈਰਾ ਆਇਆ ਪੰਜਾਬ ਖਤਰ ਲਨ ਵਾਸਤੇ ਮੈਂ ਸੁਖਪਾਲ ਖੈਰੇ ਨਾਲ ਆ ਗਿਆ ਉਸ ਤੋਂ ਬਾਅਦ ਜਦੋਂ ਕਿਸਾਨੀ ਸੰਘਰਸ਼ 'ਚ ਅਸੀਂ ਜੂਝਦੇ ਰਹੇ ਸੁਖਪਾਲ ਖੈਰਾ ਛੱਡ ਕੇ ਚੱਲ ਗਿਆ ਅਸੀਂ ਲੜਦੇ ਲੜਦੇ ਤਾਂ ਮੇਰੀ ਮੁਲਾਕਾਤ ਗਰਨਾਮ ਸਿੰਘ ਚੂੜੂਨੀ ਹੁਣਾਂ ਨਾਲ ਹੋਈ ਜਦੋਂ ਉੱਥੇ ਅਕਸ਼ਰ ਇਕੱਠੇ ਹੁੰਦੇ ਸੀਗੇ ਤਾਂ ਉਹਨਾਂ ਨੇ ਇੱਕ ਗੱਲ ਰੱਖੀ ਕਿ ਮਿਸ਼ਨ ਪੰਜਾਬ ਚਲਾਇਆ ਜਾਵੇ ਮੈਂ ਕਿਹਾ ਵੈਲਕਮ ਮੈਨੂੰ ਦਾ ਸਾਥ ਦਿੱਤਾ ਤੇ ਮਿਸ਼ਨ ਪੰਜਾਬ ਤੋਂ ਬਾਅਦ ਅਸੀਂ ਸੰਯੁਕਤ ਸੰਘਰਸ਼ ਪਾਰਟੀ ਬਣਾਈ ਫਿਰ ਸਾਡਾ ਪਹਿਲਾਂ ਦੂਜੀਆਂ ਜਥੇਬੰਦੀਆਂ ਕਹਿੰਸੀ ਸੀ ਲੜਨਾ ਨਹੀਂ ਫਿਰ ਉਹ ਵੀ ਮੈਦਾਨ 'ਚ ਆ ਗਈਆਂ ਅਸੀਂ ਵੈਲਕਮ ਕੀਤਾ ਤੇ ਸਾਡਾ ਅਲਾਈਅንስ ਹੋ ਗਿਆ ਅਲਾਈਅንስ ਦੇ ਵਿੱਚ ਮੈਂ ਪੰਜਾਬ ਦਾ ਪ੍ਰਧਾਨ ਸੀ ਪਾਰਟੀ ਦਾ ਮੇਰੀ ਜ਼ਿੰਮੇਵਾਰੀ ਬਣਦੀ ਸੀਗੀ ਮੈਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਕਿਸਾਨਾਂ ਦੀ ਇਕ ਧਿਰ ਹੋਣ ਕਰਕੇ ਤੇ ਮੈਂ ਮੈਦਾਨ 'ਚ ਉਤਰ ਨਹੀਂ ਉਤਰਨਾ ਸੀਗਾ ਇਹਦੇ 'ਚ ਭਰਾਮਾਂ ਦੀ ਲੜਾਈ ਨਹੀਂ ਇਹ ਤਾਂ ਵਿਚਾਰਾਂ ਦੀ ਲੜਾਈ ਹੈ ਕੌਣ ਕੀ ਦੇ ਵਾਸਤੇ ਲੜਦਾ ਹਰ ਇੱਕ ਦੀ ਆਪਣੀ ਸੋਚ ਹੈ ਜਿੰਨਾ ਭਰਾਮਾਂ ਨੇ ਪਿਆਰ ਦੇ ਵਿੱਚ ਇਨੀ ਲੰਮੀ ਉਮਰ ਉਹ ਤੁਸੀਂ ਇਕੱਠਿਆਂ ਕੱਢੀ ਪਿਆਰ ਚ ਇਨਾ ਸਮਾਂ ਇਕੱਠਿਆਂ ਕੱਢਿਆ ਸਿਆਸਤ ਨੇ ਆ ਕੇ ਇੱਕ ਦੂਜੇ ਨੂੰ ਵੱਖ ਕਰਤਾ ਕੀ ਕਦੇ ਇਹ ਨਹੀਂ ਹੋਇਆ ਚੇਤਨ ਵੱਲੋਂ ਜਾਂ ਤੁਹਾਡੇ ਵੱਲੋਂ ਕਿ ਆਪਾਂ ਇੱਕ ਪਲੇਟਫਾਰਮ ਤੇ ਲੜੀਏ ਨਹੀਂ ਪਹਿਲਾਂ ਇੱਕ ਪਲੇਟਫਾਰਮ ਤੇ ਸੀਗੇ ਪਰ ਗੱਲ ਤਾਂ ਫਿਰ ਉਹੀ ਆ ਜਾਂਦੀ ਹੈ ਨਾ ਜਿਉਂ-ਜਿਉਂ ਹੁਣ ਇੱਕ ਮਾਂ ਦੇ ਪੇਟੋਂ ਜੰਮੇ ਉਹਨਾਂ ਦਾ ਵੀ ਸੁਭਾਅ ਵੱਖਰ-ਵੱਖਰਾ ਹੁੰਦਾ ਹੈ ਗੱਲ ਤਾਂ ਤੁਹਾਡੀ ਸੋਚ ਤੇ ਹੈ ਤੁਹਾਨੂੰ ਕੌਣ ਪਸੰਦ ਹੈ ਮੈਨੂੰ ਮੈਂ ਮੈਂ ਕਿਹਨੂੰ ਲਾਈਕ ਕਰਦਾ ਉਹ ਕਿਸ ਕਿਸ ਨੂੰ ਲਾਈਕ ਕਰਦਾ ਉਹ ਕਿਹੜੇ ਵਿਚਾਰਾਂ ਨੂੰ ਲਾਈਕ ਕਰਦਾ ਮੈਂ ਕਿਹੜੇ ਵਿਚਾਰਾਂ ਨੂੰ ਲਾਈਕ ਕਰਦਾ ਮੇਰੀ ਸੋਚ ਇਹ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਆਪਣਾ ਜਿਹੜਾ ਰਾਜਪਾਟ ਕਰਨਾ ਚਾਹੀਦਾ ਹੈ ਪੰਜਾਬ ਦੀ ਲੜਾਈ ਪੰਜਾਬ ਦੇ ਲੋਕ ਲੜ ਸਕਦੇ ਨੇ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਤੁਸੀਂ ਇਹ ਗੱਲ ਫਿਰ ਚੇਤਨ ਸਿੰਘ ਨੂੰ ਨਹੀਂ ਸਮਝਾਈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕੀ ਰਾਜਕਰਨ ਤੁਸੀਂ ਦਿੱਲੀ ਵਾਲਿਆਂ ਨਾਲ ਕਿਉਂ ਰਲ ਰਹੇ ਹੋ ਨੇ ਇਸ ਤਰ੍ਹਾਂ ਵਿਚਾਰ ਪਟੰਦਰਾਂ ਤੇ ਕਈ ਵਾਰੀ ਹੋਇਆ ਪਰ ਹਰ ਇੱਕ ਬੰਦੇ ਦੀ ਜੇ ਤੋ ਸੋਚ ਹੁੰਦੀ ਹੈ ਫਿਰ ਪਰਿਵਾਰ ਦੇ ਵਿੱਚ ਬਾਲਾ ਕਿਸੇ ਨੂੰ ਅੱਜ ਕੱਲ ਹਰ ਕੋਈ ਆਜ਼ਾਦ ਹੈ ਅੱਜ ਤਾਂ ਬਾਪ ਇੱਕ ਪਾਸੇ ਪੁੱਤਰ ਇੱਕ ਪਾਸੇ ਗਲਤਾਂ ਸੋਚਦੀ ਹੈ ਹੁਣ ਮੈਂ ਦੇਖਿਆ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਕਿਸਾਨ ਸੰਘਰਸ਼ ਵਿੱਚ ਰਹੇ ਉਹ ਸਾਡੇ ਨਾਲ ਖੜੇ ਨੇ ਉਹਨਾਂ ਦਾ ਬੇਟਾ ਆਮਾਦੀ ਪਾਰਟੀ 'ਚ ਖੜਾ ਹੈ ਇਹ ਨਹੀਂ ਕੋਈ ਹੋ ਸਕਦਾ ਕਈ ਕਾਂਗਰਸੀ ਨੇ ਉਹ ਉਧਰ ਕਰ ਰਹੇ ਉਹਦੇ ਬੱਚੇ ਸਾਡੇ ਨਾਲ ਕਿਸਾਨਾਂ ਨਾਲ ਖੜੇ ਨੇ ਇਹ ਤਾਂ ਵਿਚਾਰਾਂ ਦੀ ਗੱਲ ਹੈ ਇਹ ਕੋਈ ਨਿੱਜੀ ਲੜਾਈ ਨਹੀਂ ਹੈ ਨਿੱਜੀ ਲੜਾਈ ਮੇਰੀ ਕਿਸੇ ਨਾਲ ਵੀ ਨਹੀਂ ਹੈ ਮੈਂ ਕਿਸੇ ਨਾਲ ਵੀ ਨਿੱਜੀ ਲੜਾਈ ਨਹੀਂ ਰੱਖਦਾ ਨਾ ਮੇਰੀ ਕਾਂਗਰਸ ਨਾਲ ਨਿੱਜੀ ਲੜਾਈ ਹੈ ਨਾ ਮੇਰੀ ਰਖੜਾ ਨਾਲ ਨਿੱਜੀ ਲੜਾਈ ਹੈ ਲੜਾਈ ਤਾਂ ਸਾਡੀ ਪੰਜਾਬ ਨੂੰ ਬਚਾਉਣ ਦੀ ਹੈ ਲੜਾਈ ਤਾਂ ਸਾਡੀ ਇਹ ਹੈ ਇਹਨਾਂ ਪਾਰਟੀਆਂ ਦੀ ਜਿਹੜੀ ਸੋਚ ਹੈ ਉਹ ਕਾਰਪੋਰੇਟ ਘਰਾਣੇ ਵੱਲ ਲੈ ਕੇ ਜਾਂਦੀ ਹੈ ਸਾਡੀ ਜਿਹੜੀ ਸੋਚ ਹੈ ਅਸੀਂ ਕਾਰਪੋਰੇਟ ਘਰਾਣਿਆਂ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਸਿਰਫ ਇੰਨਾਕ ਫਰਕ ਹੈ ਅੱਛਾ ਜਿਵੇਂ ਸਮਾਣਾ ਸੀਟ ਦੀ ਗੱਲ ਕਰਾਂ ਇੱਕ ਪਾਸੇ ਸਾਬਕਾ ਮੰਤਰੀ ਨੇ ਸਰਦੀਪ ਸਿੰਘ ਰਖੜਾ ਤੇ ਦੂਜੇ ਪਾਸੇ ਸਾਬਕਾ ਮੰਤਰੀ ਲਾਲ ਸਿੰਘ ਦੇ ਬੇਟੇ ਨੇ ਰਜਿੰਦਰ ਸਿੰਘ ਧਿਰਾਂ ਦੋਵੇਂ ਬਹੁਤ ਤਕੜੀਆਂ ਨੇ ਇਵਨ ਤੀਜੀ ਵੀ ਤੁਹਾਡੇ ਭਰਾ ਹੀ ਨੇ ਜਿਹੜੇ ਤੁਹਾਡੇ ਵਾਸਤੇ ਵੱਡੀਆਂ ਚੁਣੌਤੀਆਂ ਨੇ ਤਾਂ ਸੀਟ ਤੇ ਤੁਸੀਂ ਆਪਦੀ ਸਥਿਤੀ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਾਣੇ ਹਲਕੇ ਚ 30 ਸਾਲ ਸੇਵਾ ਕੀਤੀ ਹੈ ਭਾਵੇਂ ਲਾਲ ਸਿੰਘ ਮੰਤਰੀ ਰਿਹਾ ਉਹਦਾ ਬੇਟਾ ਇੱਥੋਂ ਪਹਿਲੀ ਵਾਰ ਪਿਛਲੀ ਵਾਰੀ ਆਇਆ 20 ਕ ਦਿਨ ਪਹਿਲਾਂ ਆਇਆ ਉਦੋਂ ਮੈਂ ਵੀ ਕਾਂਗਰਸ ਚ ਸੀਗਾ ਤੇ ਉਹਦੇ ਉੱਪਰ ਹੱਥ ਪੈਂਦਾ ਹੋਣ ਕਰਕੇ ਟਿਕਟ ਲੈ ਗਿਆ ਤੇ ਰਖੜਾ ਸਾਹਿਬ ਨੇ ਇਹ ਜੀ ਮੰਤਰੀ ਭਾਵੇਂ ਸੇਵਾ ਕੀਤੀ ਹੈ ਮੇਰੀ ਸੇਵਾ ਦਾ ਜਿਹੜਾ ਕਾਰਜਕਾਲ ਹੈ ਇਹਨਾਂ ਸਾਰਿਆਂ ਤੋਂ ਲੰਬਾ ਹੈ ਤੇ ਫਿਰ ਮੈਂ ਨਿਸ਼ਕਾਮ ਸੇਵਾ ਕੀਤੀ ਲੋਕਾਂ ਦੀ ਕੋਈ ਮੇਰੇ ਤੇ ਦਾਗ ਨਹੀਂ ਕਿਸੇ ਤੋਂ ਪੈਸਾ ਨਹੀਂ ਲਿਆ ਕਿਸੇ ਨੂੰ ਲੜਾਇਆ ਨਹੀਂ ਧੜੇਬੰਦੀ ਚ ਨਹੀਂ ਵੰਡੇ ਆ ਜੇ ਮੈਂ ਕੀਤੀ ਹੈ ਕਿਸੇ ਦੀ ਹੈਲਪ ਕੀਤੀ ਹੈ ਪੰਚਾਇਤੀ ਫੈਸਲੇ ਬਹੁਤ ਕਰਵਾਏ ਨੇ ਮੈਂ ਲੋਕ ਮੇਰੀ ਨੇਚਰ ਨੂੰ ਮੇਰੇ ਫੇਸ ਨੂੰ ਪਸੰਦ ਕਰਦੇ ਨੇ ਇਹੀ ਕਿ ਮੇਰੇ ਕੋਲ ਵੱਡਾ ਹਥਿਆਰ ਹੈ ਨਾ ਮੈਂ ਪੈਸਿਆਂ 'ਚ ਨਾ ਬਰਾਬਰ ਤਿੰਨਾਂ ਦੇ ਬਰਾਬਰ ਜਾ ਸਕਦਾ ਨਾ ਹੀ ਸਾਡੀ ਪਾਰਟੀ ਇਹਨਾਂ ਦਾ ਮੁਕਾਬਲਾ ਕਰ ਸਕਦੀ ਹੈ ਸਾਡੀ ਪਾਰਟੀ ਤਾਂ ਕੱਲ ਜੰਮੀ ਪਾਰਟੀ ਹੈ ਨਾ ਸਾਡੇ ਕੋਲ ਇਹਨਾਂ ਪੈਸਾ ਹੈ ਹੁਣ ਇਹ ਦੇਖੋ ਜਿਨ੍ਹਾਂ ਨੇ ਐਡਵਰਟਾਈਜ਼ਮੈਂਟ ਦੇ ਉੱਪਰ ਕਰੋੜਾ ਰੁਪਿਆ ਖਰਚ ਕਰ ਰਹੇ ਨੇ ਆਮ ਆਦੀ ਪਾਰਟੀ ਤੇ ਕਾਂਗਰਸ ਕਰੋੜਾ ਰੁਪਿਆ ਖਰਚ ਕਰ ਰਹੀ ਹੈ ਅਕਾਲੀ ਦਲ ਕਰੋੜਾ ਰੁਪਿਆ ਖਰਚ ਕਰ ਰਿਹਾ ਮੈਂ ਤਾਂ ਲੱਖਾਂ 'ਚ ਵੀ ਨਹੀਂ ਹਾਂ ਮੇਰੇ ਤੋਂ ਹੁਣ ਕਿਤੇ ਕਿਤੇ ਪੋਸਟਰ ਲੱਭੂਗਾ ਇਹਨਾਂ ਦੇ ਕਿੰਨੇ ਪੋਸਟਰ ਹਰ ਟੀਵੀ ਤੇ ਐਡ ਹਰ ਪੇਪਰ 'ਚ ਐਡ ਇਹਨਾਂ ਦਾ ਉਸ ਤਰੀਕੇ ਨਾਲ ਮੇਰਾ ਕੋਈ ਮੁਕਾਬਲਾ ਨਹੀਂ ਪਰ ਜੇ ਮੈਂ ਇਹ ਦੇਖਾਂ ਇੱਕ ਤਾਂ ਜਿਹੜੀ ਸਾਡੀ ਕਿਸਾਨੀ ਸੰਘਰਸ਼ ਦਾ ਸਾਡਾ ਜਿਹੜਾ ਹੈਗਾ ਦਰਦ ਇੱਕ ਉਹ ਮੇਰੇ ਸਾਥ ਹੈ ਤੇ ਦੂਜੀ ਮੇਰੀ 30 ਸਾਲ ਦੀ ਸੇਵਾ ਤੇ ਮੇਰਾ ਜਿਹੜਾ ਕਰਤਾਰ ਹੈ ਮੈਂ ਤਾਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਕਮ ਸੇ ਕਮ ਕੈਂਡੀਡੇਟ ਦਾ ਕਰਤਾਰ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ ਬਾਕੀ ਜੋ ਮਾਲਕ ਨੂੰ ਮਨਜੂਰ ਹੈ ਮੰਨ ਲੋ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਤੁਹਾਡੇ ਕੁਝ ਐਮਐਲਏ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਬਹੁਤ سارے ਸ਼੍ਰੋਮਣੀ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਹੁਣ ਗੱਲ ਹੁੰਦੀ ਆ ਤੇ ਉਹਨਾਂ ਨੇ ਇਹ ਉਹਨਾਂ ਦਾ ਜਵਾਬ ਇਹ ਹੁੰਦਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੀ ਵਿਰੋਧੀ ਐਮ ਐਲ ਏ ਨੂੰ ਕੁਝ ਕਰ ਨਹੀਂ ਦਿੱਤਾ ਮੰਨ ਲਓ ਤੁਹਾਡੇ ਕੁਝ ਵਿਧਾਇਕ ਵਿਧਾਨ ਸਭਾ ਵਾਗ ਗਏ 5 ਸਾਲ ਬਾਅਦ ਤੁਹਾਡੇ ਵਿਧਾਇਕ ਵੀ ਇਹੀ ਜਵਾਬ ਦੇਣਗੇ ਬਿਲਕੁਲ ਨਹੀਂ ਦੇਖੋ ਦੋ ਹੀ ਤਰ੍ਹਾਂ ਹੁੰਦੀਆਂ ਨੇ ਜੇ ਲੋਕ ਸਤਾਜ ਭੇਜਦੇ ਨੇ ਤਾਂ ਅਸੀਂ ਇੱਕ ਨਮੂਨਾ ਮਾਡਲ ਪੇਸ਼ ਕਰਕੇ ਦਿਖਾਵਾਂਗੇ ਰਾਜਪਾਟ ਕਿਸ ਤਰ੍ਹਾਂ ਕਰੀਂਦਾ ਹੈ ਜੀ ਜੇ ਨਹੀਂ ਹੁੰਦਾ ਫਿਰ ਅਸੀਂ ਨਮੂਨਾ ਪੇਸ਼ ਕਰਾਂਗੇ ਕਿ ਆਪੋਜੀਸ਼ਨ ਕੀ ਕਰ ਸਕਦੀ ਹੈ ਅਸੀਂ ਅੰਦਰਵਾਜ਼ ਠਾਵਾਂਗੇ ਜੇ ਸਾਡੀ ਆਵਾਜ਼ ਅੰਦਰ ਨਾ ਚੱਕੀ ਗਈ ਤਾਂ ਅਸੀਂ ਬਾਹਰ ਲੋਕਾਂ ਚਾ ਕੇ ਆਵਾਜ਼ ਠਾਵਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਲੋਕਾਂ ਨੂੰ ਨਾਲ ਜੋੜਾਂਗੇ ਦੱਸਾਂਗੇ ਵੀ ਇਹ ਜਿਹੜਾ ਮੁੱਦੇ ਤੇ ਸਾਨੂੰ ਇਸ ਤਰ੍ਹਾਂ ਲੜਨਾ ਚਾਹੀਦਾ ਇਹ ਮੁੱਦੇ ਤੇ ਇਹ ਸਾਡੇ ਖਿਲਾਫ ਸਰਕਾਰ ਚੱਲ ਰਹੀ ਹੈ ਜਾਂ ਜਿਹੜੇ ਵਾਅਦੇ ਕੀਤੇ ਨੇ ਇਹ ਪੂਰੇ ਨਹੀਂ ਕਰ ਰਹੀ ਇਹ ਲੋਕਾਂ ਚ ਉਜਾਗਰ ਕਰਾਂਗੇ ਆਮ ਆਦੀ ਪਾਰਟੀ ਬੜੇ ਜੋਰ ਸ਼ੋਰ ਲੋਕਾਂ ਨੇ ਆਪੋਜੀਸ਼ਨ ਚ ਲੈ ਕੇ ਆਂਦੀ ਆਮ ਆਦੀ ਪਾਰਟੀ ਦਾ ਰੋਲ ਕੀ ਰਿਹਾ ਜ਼ੀਰੋ ਤੁਹਾਨੂੰ ਲੱਗਦਾ ਆਮ ਆਦੀ ਪਾਰਟੀ ਨੇ ਵਿਰੋਧੀ ਧਰ ਦੀ ਭੂਮਿਕਾ ਸਹੀ ਨਹੀਂ ਨਾ ਬਾਈ ਬਿਲਕੁਲ ਨਹੀਂ ਮੈਂ ਦਾਅਵੇ ਨਾਲ ਕਹਿਣਾ ਕੌਣ ਤੁਹਾਨੂੰ ਕਿਉਂ ਲੱਗਦਾ ਦੇਖੋ ਮੇਰੀ ਗੱਲ ਸੁਣੋ ਕਿੰਨੇ ਨਸ਼ਾ ਦੇ ਦਾ ਮੁੱਦਾ ਆਮ ਆਦੀ ਪਾਰਟੀ ਨੇ ਵੀ ਚੱਕਿਆ ਨਸ਼ੇ ਦਾ ਮੁੱਦਾ ਕਾਂਗਰਸ ਨੇ ਵੀ ਚੱਕਿਆ ਉਹਨਾਂ ਨੇ ਕਿਹਾ ਤਿੰਨ ਹਫ਼ਤਿਆਂ 'ਚ ਖਤਮ ਕਰ ਦਾਂਗੇ ਇਹਨਾਂ ਨੇ ਕਿਹਾ ਇੱਕ ਹਫ਼ਤੇ 'ਚ ਖਤਮ ਕਰ ਦਾਂਗੇ ਗੋਟਕਾ ਸਾਹਿਬ ਦੀ ਸੌਖਾਦੀ ਕੈਪਟਨ ਮਨਿੰਦਰ ਨੇ ਦੂਜੇ ਪਾਸੇ ਇਹਨੇ ਕੇਜਰੀਬਾਰ ਨੇ ਵੱਡੇ ਵੱਡੇ ਬੋਰਡ ਲਵਾਏ ਕਿ ਮੇਜੀਠੀਆ ਨਸ਼ੇ ਦਾ ਤਸਕਰ ਹੈ ਮੈਂ ਕਹਿਣਾ ਸਾਡੇ ਨੌਜਵਾਨਾਂ ਤੋਂ ਲਵਾਈ ਪਰ ਹੋਇਆ ਕੀ ਜਦੋਂ ਸਰਕਾਰ 'ਚ ਗਏ ਠੀਕ ਹੈ ਕਾਂਗਰਸ ਦੀ ਸਰਕਾਰ ਬਣ ਗਈ ਪਰ ਇਹ ਅਪੀਅਰ ਸੀਗੇ ਨਾ ਤਾਂ ਕੈਪਟਨ ਨੇ ਇਸ ਮੁੱਦੇ ਤੇ ਕੋਈ ਹੋ ਕੀਤਾ ਜਿਹੜੇ ਵੱਡੇ ਮਗਰਮੱਛ ਫੜਾਉਣ ਦੀ ਗੱਲ ਕਰਦੇ ਸੀ ਕਿ ਕਿਹੜੇ ਫੜੇ ਗਏ ਜੇ ਕੋਈ 5500 ਪਰਚਾ ਦਰਜ ਕਰਨ ਦੀ ਗੱਲ ਕਰਦੇ ਨੇ ਉਹ ਤਾਂ ਗਰੀਬ ਨਸ਼ੇੜੀਆਂ ਤੇ ਪਰਚਾ ਦਰਜ ਕੀਤਾ ਹੈ ਕੋਈ ਵੱਡੀ ਮੱਛੀ ਕੋਈ ਫੜੀ ਕੁਝ ਨਹੀਂ ਫੜਿਆ ਇਹਨਾਂ ਨੇ ਕੀ ਕੀਤਾ ਕੇਜਰੀਵਾਲ ਸਾਹਿਬ ਮਜੀਠੇ ਤੋਂ ਮਾਫੀ ਮੰਗ ਕੇ ਚਲੇ ਗਏ ਇੱਕ ਦਿਨ ਇਹਨਾਂ ਨੇ ਵਿਧਾਨ ਸਭਾ ਚ ਕੋਈ ਬਾਈਕਾਟ ਕੀਤਾ ਹੋਵੇ ਕੋਈ ਸਵਾਲ ਉਠਾਇਆ ਹੋਵੇ ਕੋਈ ਬਾਹਰ ਬੈਠ ਕੇ ਧਰਨਾ ਦਿੱਤਾ ਹੋਵੇ ਲੋਕਾਂ ਚ ਹੌਕਾ ਦਿੱਤਾ ਹੋਵੇ ਵੀ ਇਹ ਨਸ਼ਾ ਬੰਦ ਨਹੀਂ ਕਰ ਰਹੇ ਆਓ ਇਹਨਾਂ ਦੇ ਖਿਲਾਫ ਅਸੀਂ ਡਟ ਕੇ ਖੜੀਏ ਕਤ ਕਿਤੇ ਵੀ ਨਹੀਂ ਰੋ ਲਾਇਆ ਇਹਨਾਂ ਦਾ ਦੂਜੇ ਪਾਸੇ ਜੇ ਮੈਂ ਇੱਕ ਗੱਲ ਕਰਾਂ ਫਿਰ ਇੱਕ ਰੇਤ ਮਾਫੀ ਦਾ ਮਾਫੀ ਦਾ ਬਹੁਤ ਮੁੱਦਾ ਕਿ ਐਸੀ ਦੋਹੇ ਪਾਰਟੀਆਂ ਨੇ ਚੱਕਿਆ ਸੀਗਾ ਰੇਤ ਮਾਫੀ ਦਾ ਕੈਪਟਨ ਅਮਰਿੰਦਰ ਤਾਂ ਬਣਦੇ ਆ ਸਾਰਾ ਜਿਹੜਾ ਪੰਜਾਬ ਦਾ ਰੇਤਾ ਸੀਗਾ ਆਪਦੇ ਜ਼ੇਤਿਆਂ ਨੂੰ ਤਿੰਨ ਕਲਸਟਰਾਂ ਚ ਮੰਡ ਕੇ ਦੇਤਾ ਸਭ ਤੋਂ ਵੱਡਾ ਜਿਹੜਾ ਉੱਚ ਮੁੱਦਾ ਆ ਰਾਣਾ ਗੁਰਜੀਤ ਦਾ ਆ 100 ਕਰੋੜ ਦਾ ਜਿਹੜੀ ਉਹਦੇ ਰਸੋਈਏ ਦਾ ਜਿਹੜਾ ਹੈ ਸੀਗਾ ਸੀਗਾ ਜੋ ਪਤਾ ਲੱਗਿਆ ਮੈਨੂੰ ਉਹਨਾਂ ਤੋਂ ਕਿ ਉਹਦੇ ਥਰੂ ਸਿਕਿਉਰਿਟੀ ਭਰੀ ਗਈ ਸੀ ਪਰ ਉਹਦਾ ਮੁੱਦਾ ਚੱਕਿਆ ਕਿਨੇ اپੋਜੀਸ਼ਨ ਲੀਡਰ ਸੁਖਪਾਲ ਖੈਰ ਨੇ ਚੱਕਿਆ ਸਾਰੇ ਲੋਕਾਂ ਨੇ ਸਰਾਹਨਾ ਕੀਤੀ ਤੇ ਉਹਨੂੰ ਮੰਤਰੀ ਪਦ ਤੋਂ ਵੀ ਹਟਾਇਆ ਤੇ ਉਹਦੀ ਇਨਕੁਆਇਰੀ ਵੀ ਬਿਠਾਈ ਪਰ ਆਮ ਆਦੀ ਪਾਰਟੀ ਦਾ ਕੀ ਰੋਲ ਰਿਹਾ ਆਮ ਆਦੀ ਪਾਰਟੀ ਨੇ ਸੁਖਪਾਲ ਖੈਰ ਨੇ ਨੂੰ ਕੱਢ ਕੇ ਦੁੱਤ ਜਿਵੇਂ ਮੱਖੀ ਵਾਂਗੂ ਬਾਹਰ ਮਾਰਿਆ ਇਹ ਉਹਦਾ ਰੋਲ ਕਿੱਥੇ ਵਧੀਆ ਸੀ ਇਹ ਅਪੋਜੀਸ਼ਨਰ ਰੋਲ ਥੋੜੂ ਸੀ ਜੇ ਕੋਈ ਬੰਦਾ ਰੋਲ ਨਭਾ ਰਿਹਾ ਹੈ ਤੁਸੀਂ ਉਹਨੂੰ ਚੱਕ ਕੇ ਕੱਢ ਕੇ ਬਾਹਰ ਮਾਰਿਆ ਤੁਹਾਡੀ ਨਜ਼ਰ ਤੋਂ ਸੁਖਪਾਲ ਖੈਰਾ ਬਹੁਤ ਵਧੀਆ ਲੀਡਰ ਨੇ ਨਹੀਂ ਜਿਹੜਾ ਕਿਸੇ ਦਾ ਰੋਲ ਜਿੱਥੇ ਵੀ ਚੰਗਾ ਹੈ ਉੱਥੇ ਸਾਨੂੰ ਉਹਦੀ ਸਿਫਤ ਕਰਨੀ ਚਾਹੀਦੀ ਹੈ ਸਾਨੂੰ ਇੱਕ ਇਹੀ ਨਹੀਂ ਹੋਣਾ ਚਾਹੀਦਾ ਵੀ ਜੇ ਅਸੀਂ ਕਿਸੇ ਦੂਜੀ ਪਾਰਟੀ ਜਾਂ ਅਪੋਜੀਸ਼ਨ ਪਾਰਟੀ ਚਲੇ ਗਏ ਜੇ ਕਿਸੇ ਨੇ ਕੋਈ ਵਧੀਆ ਕੰਮ ਕੀਤਾ ਤਾਂ ਸਾਨੂੰ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਉਸ ਮੁੱਦੇ ਦੀ ਪ੍ਰਸ਼ੰਸਾ ਦੂਜੇ ਪਾਸੇ ਮੈਂ ਇਹ ਦੱਸਣਾ ਚਾਹੁੰਦਾ ਵੀ ਆਮ ਆਦੀ ਪਾਰਟੀ ਦਾ ਕਿਰਦਾਰ ਕੀ ਹੈ ਉਹ ਲੜਨ ਹੀ ਨਹੀਂ ਦੇਣਾ ਚਾਹੁੰਦੀ ਸੀ ਕਾਂਗਰਸ ਨਾਲ ਰਲ ਕੇ ਇਹਨਾਂ ਦੀ اپੋਜੀਸ਼ਨ ਚੱਲੀ ਐ ਉਸ ਤੋਂ ਬਾਅਦ ਦੱਸ ਦਿਓ ਕਿਹੜਾ ਮੁੱਦਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਕਹਿੰਦੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨਾਲ ਰਲੇ ਹੋਏ ਨੇ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਰਲੀਆਂ ਹੋਈਆਂ ਨੇ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਆਮ ਆਦੀ ਪਾਰਟੀ ਤੇ ਕਾਂਗਰਸ ਨਾਲ ਰਲੇ ਸਰਕਾਰ 'ਚ اپੋਜੀਸ਼ਨ ਤੇ ਵਿਰੋਧੀ ਸਰਕਾਰ ਤੇ اپੋਜੀਸ਼ਨ ਦੋਹੇ ਰਲੇ ਹੋਏ ਸੀ ਚਾਹੇ ਮੈਨਿੰਗ ਦਾ ਸੀ ਚਾਹੇ ਕੋਈ ਹੋਰ ਸੀ ਸਾਰੇ ਲਾਲਚੇ ਨੇ ਉਹ ਦਿੱਤੇ ਹੋਏ ਸੀਗੇ ਇਹ ਉਸ ਤਰੀਕੇ 'ਚ ਆਮਦਨ ਵਾਸਤੇ ਰਲੇ ਹੋਏ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜੋ ਉੱਥੇ ਚੱਲ ਰਿਹਾ ਸੀ ਚਾਹੇ ਰੇਤ ਦਾ ਸੀ ਚਾਹੇ ਨਸ਼ੇ ਦਾ ਸੀ ਆਮ ਆਦਮੀ ਪਾਰਟੀ ਵਿੱਚ ਇਨਵੋਲਵ ਸੀ ਤੁਸੀਂ ਕਿਹਾ ਇਹਨਾਂ ਦੀ ਸ਼ੇਅਰਿੰਗ ਸੀ ਬਿਲਕੁਲ 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 ਮੈਂ ਇਹੀ ਜਿਹੜੇ ਕਿਹੜੇ ਲੋਕ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸ ਦੇ ਨਾਲ ਮਿਲ ਕੇ ਚੱਲ ਰਹੀ ਸੀ ਖਾ ਰਹੀ ਸੀ ਪੰਜਾਬ ਨੂੰ ਵਿਰੋਧੀ ਧਿਰ ਦਾ ਨੇਤਾ ਹੋਰ ਕੌਣ ਸੀਗੇ ਜਿਹੜੇ ਨਾਲ ਜਿਹੜੇ ਨੇ ਰੌਲਾ ਨਹੀਂ ਪਾਇਆ ਜਿਹੜੇ ਉੱਥੇ ਚੁੱਪ ਕਰਕੇ ਬੈਠੇ ਰਹੇ ਤੇ ਉਹ ਨਾਲ ਸੀਗੇ ਇਹਨਾਂ ਦੇ ਸੰਧੋਏ ਐਮਐਲਏ ਨੇ ਥੋੜੀਆ ਉਹ ਕੀਤਾ ਸੀ ਇਹਨਾਂ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਜੀ ਨੂੰ ਨਹੀਂ ਮਿਲਿਆ ਉਹਨੇ ਰੌਲਾ ਪਾ ਲਿਆ ਦੂਜੇ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਇਹ ਸਾਰੀ ਦੇਖੋ ਜੇ ਮੈਂ ਕਹਾ ਮੇਰੇ ਕੋਲੇ ਸਬੂਤ ਨੇ ਜਾਂ ਉਹ ਕੋਈ ਨਹੀਂ ਜਿਹੜੇ ਉੱਥੇ ਚਾਂਸ ਹੁੰਦੇ ਨੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਦੇ ਦੇਖਣ ਨੂੰ ਪਤਾ ਲੱਗਦਾ ਉਹ ਤੋਂ ਜਜਮੈਂਟ ਹੁੰਦੀ ਹੈ ਵੀ ਇਹ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਕਹਿੰਦਾ ਵੀ ਉੱਥੇ ਇਹ ਮਿਲ ਕੇ ਸਾਰੀ ਇਹਨਾਂ ਦੀ ਖੀਰ ਖਿਚੜੀ ਪੱਕਦੀ ਸੀਗੀ ਅੱਛਾ ਇੱਕ ਨਾ ਤੁਹਾਡੀ ਪਾਰਟੀ ਤੇ ਬੜਾ ਇਹ ਇਹ ਲੱਗ ਰਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਬਹੁਤ ਸਾਰੇ ਉਮੀਦਵਾਰ ਨੇ ਜਿਹੜੇ ਜਾਂ ਅਕਾਲੀ ਦਲ ਤੋਂ ਆਏ ਨੇ ਜਾਂ ਕਾਂਗਰਸ ਤੋਂ ਆਏ ਨੇ ਤੁਹਾਡੀ ਪਾਰਟੀ ਤੇ ਬਹੁਤ ਸਵਾਲ ਚੱਕੇ ਜਾ ਰਹੇ ਨੇ ਇਹ ਤੇ ਇਹਦਾ ਫਿਰ ਤੁਹਾਡੇ ਕੋਲੇ ਕੀ ਜਵਾਬ ਆ ਕਿਉਂਕਿ ਤੁਸੀਂ ਉਸੇ ਪਾਰਟੀ ਚ ਕਿੰਨੇ ਸਾਲ ਉਹਨਾਂ ਪਾਰਟੀਆਂ ਚ ਤੁਸੀਂ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਚ ਕਾਂਗਰਸ ਦੇ ਵਿੱਚ ਤੇ ਉਹਨਾਂ ਦੀ ਅੱਜ ਤੁਸੀਂ ਸਵਾਲ ਚੱਕਦੇ ਹੋ ਉਦੋਂ ਸਵਾਲ ਨਹੀਂ ਚੱਕੇ ਜਦੋਂ ਤੁਸੀਂ ਵਿੱਚ ਰਹਿੰਦੇ ਸੀ ਦੇਖੋ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਜਦੋਂ ਕਾਂਗਰਸ ਤੇ ਅਕਾਲੀ ਦਲ ਸੀ ਤਾਂ ਕਿਸੇ ਨੇ ਅਕਾਲੀ ਦਲ ਨਾਲ ਕਿਸੇ ਨੇ ਕਾਂਗਰਸ ਨਾਲ ਜੁੜ ਨਹੀਂ ਸੀ ਪੋਲੀਟਿਕਲੀ ਤੌਰ ਤੇ ਜੁੜਨਾ ਸੀ ਪਰ ਅਸੀਂ ਇੱਕ ਕਰਾਈਟਰੀਆ ਰੱਖਿਆ ਮੈਂ ਵੀ ਜਿਹੜੀ ਇਲੈਕਸ਼ਨ ਕਮੇਟੀ ਸੀਗੀ ਜਿਹੜੀ ਟਿਕਟ ਦੇ ਵਿੱਚ ਮੈਂ ਵੀ ਮੈਂਬਰ ਸੀਗਾ ਸਾਡਾ ਇੱਕ ਕਰਾਈਟਰੀਆ ਸੀ ਕਾਂਗਰਸੀ ਤੇ ਅਕਾਲੀ ਨਹੀਂ ਦੇਖਣਾ ਅਸੀਂ ਬੰਦੇ ਦਾ ਕਰਤਾਰ ਦੇਖਣਾ ਅਸੀਂ ਕੋਈ ਸਾਬਕਾ ਐਮਐਲਏ ਨੂੰ ਸਾਬਕਾ ਮੰਤਰੀ ਨੂੰ ਟਿਕਟ ਨਹੀਂ ਦਿੰਦੀ ਫ੍ਰੈਸ਼ ਬੰਦੇ ਨੂੰ ਟਿਕਟ ਦਿੰਦੀ ਹੈ ਜਿਨ੍ਹਾਂ ਤੇ ਕੋਈ ਬਲੇਮ ਨਹੀਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਦੇ 34 35 ਬੰਦੇ ਦੇ ਕ੍ਰਿਮੀਨਲ ਪਰਚੇ ਨੇ ਤੇ ਉਹਨਾਂ ਨੇ ਵੀ ਤਾਂ ਕਾਂਗਰਸ ਅਕਾਲੀ ਦਲ ਚੋਂ ਉਹਨਾਂ ਨੇ ਤਾਂ ਲੀਡਰ ਲੈ ਕੇ ਜੁਆਇਨ ਕਰਾ ਕੇ ਹੋ ਕੀਤੇ ਨੇ ਅਸੀਂ ਤਾਂ ਬਿਲਕੁਲ ਫ੍ਰੈਸ਼ ਬੰਦੇ ਲਿਆਂਦੇ ਹਾਂ ਹੁਣ ਤੁਸੀਂ ਮੇਰੀ ਗੱਲ ਕਰ ਲਓ ਮੈਂ 30 ਸਾਲ ਕਾਂਗਰਸ ਚ ਰਿਹਾ 30 ਸਾਲ ਕਾਂਗਰਸ ਚ ਰਿਹਾ ਬੇਦਾਗ ਹੈ ਮੇਰੇ ਹਲਕੇ ਚ ਕੋਈ ਬੰਦਾ ਜਾਂ ਮੇਰੀ ਆਪੋਜੀਸ਼ਨ ਦਾ ਕੋਈ ਵੀ ਬੰਦਾ ਜਿਹੜਾ ਮੇਰੇ ਖਿਲਾਫ ਇਲੈਕਸ਼ਨ ਲੜ ਰਿਹਾ ਇੱਕ ਵੀ ਗੱਲ ਮੇਰੇ ਖਿਲਾਫ ਲਿਆ ਦੇਵੀ ਇਹਨੇ ਕਾਂਗਰਸ 'ਚ ਰਹਿੰਦੇ ਆ ਆ ਕੀਤਾ ਹਾਲਾਂਕਿ ਮੈਂ ਮੈਂਡਾ ਪੱਠਨ ਨਾਲ OSD ਵੀ ਰਿਹਾ ਪਰ ਕੋਈ ਬੰਦਾ ਉਂਗਲ ਚੱਕ ਦੇ ਕਿਸੇ ਵੀ ਉਸ ਦੇ ਵਿੱਚ ਕਿਸ ਤੋਂ ਪੈਸਾ ਲਿਆ ਹੋਵੇ ਕੋਈ ਰਿਸ਼ਵਤ ਖੋਰੀ ਕਰੀ ਹੋਵੇ ਕੋਈ ਤੇ ਝੂਠ ਬੋਲਿਆ ਹੋਮਾ ਕਿਸੇ ਨਾਲ ਫਰੇਵ ਕੀਤਾ ਹੋਵੇ ਦਗਾ ਕੀਤਾ ਹੋਵੇ ਬਿਲਕੁਲ ਸਾਫ ਦਾਮਨ ਲੈ ਕੇ ਆਇਆ ਤੇ ਇਸੇ ਕਰਕੇ ਮਨਚੇ ਤਮੰਨਾ ਸੀ ਪੰਜਾਬ ਵਾਸਤੇ ਕੁਝ ਕਰਨ ਦੀ ਸੇਵਾ ਕਰਨ ਦੀ ਜਦੋਂ ਕਾਂਗਰਸ ਦਾ ਦੇਖਿਆ ਵੀ ਇੱਕ ਬਦਲ ਮਿਲਦਾ ਹੈ ਤਾਂ ਸੁਖਪਾਲ ਖੈਰ ਨੇ ਪਾਰਟੀ ਬਣਾਈ ਪੰਜਾਬ ਇਕਤਾ ਪਾਰਟੀ ਕਿਉਂਕਿ ਮੈਂ ਆਮ ਆਦੀ ਪਾਰਟੀ ਨੂੰ ਪਹਿਲੇ ਦਿਨ ਤੋਂ ਲਾਇਕ ਨਹੀਂ ਕਰਦਾ ਸੀ ਮੈਨੂੰ ਉਹਦੀਆਂ ਨੀਤੀਆਂ ਨਹੀਂ ਸਹੀ ਲੱਗਦੀਆਂ ਸੀ ਕਿਉਂਕਿ ਜਦੋਂ ਉਹਨਾਂ ਨੇ ਜਿਹੜੇ ਗੱਲ ਤੇ ਹੋਈ ਲੋਕਪਾਲ ਤੇ ਆਈ ਹੋ ਉਹਨੇ ਅੱਜ ਤੱਕ ਲੋਕਪਾਲ ਨਹੀਂ ਬਣਾਇਆ ਕਈ ਮੁੱਦੇ ਸੀ ਜਿਵੇਂ ਉਹਨੇ ਪਾਰਟੀ ਚ ਬਣਾਈ ਸੀ 3 ਸਾਲ ਤੋਂ ਬਾਅਦ ਕੋਈ ਉਹ ਨਹੀਂ ਕਰੂਗਾ ਪ੍ਰਧਾਨ ਨਹੀਂ ਰਹੂਗਾ ਇੱਕ ਉਹਦਾ ਇੱਕ ਬੰਦਾ ਉਹ ਕਰੂਗਾ ਸਾਰੇ ਉਹਨੇ ਪਾਸੇ ਕਰਤੇ ਇਸ ਕਰਕੇ ਮੈਂ ਉਤੇ ਯਕੀਨ ਨਹੀਂ ਕੀਤਾ ਮੈਂ ਸੁਖਪਾਲ ਖੈਰੇ ਨਾਲ ਖੜਾ ਹੋਇਆ ਸਖਪਾਲ ਖੈਰ ਨੇ ਹੁਕਮ ਦਿੱਤਾ ਸੀ ਪੰਜਾਬ ਵਾਸਤੇ ਮੈਂ ਉਹਦੇ ਨਾਲ ਖੜਾ ਹੋਇਆ ਪਰ ਜਦੋਂ ਸਖਪਾਲ ਖੈਰਾ ਚਲੇ ਗਿਆ ਅਸੀਂ ਉਸ ਤੋਂ ਪਹਿਲਾਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਸੀਗੇ ਕਿਸਾਨਾਂ ਦੇ ਸੰਘਰਸ਼ ਤੋਂ ਜਿਹੜੀ ਇਹ ਪਾਰਟੀ ਨਿਕਲੀ ਦਰਦਤੰਦਰ ਪੰਜਾਬ ਵਾਸਤੇ ਹੈ ਪਰ ਇਹ ਨਹੀਂ ਹੈ ਵੀ ਕੋਈ ਦਾਗ ਲਾ ਕੇ ਚੱਲੇ ਹੋਇਆ ਇਸ ਕਰਕੇ ਇਹ ਮੈਟਰ ਨਹੀਂ ਕਰਦਾ ਕਿਹੜੀ ਪਾਰਟੀ ਚ ਆਇਆ ਮੈਟਰ ਇਹ ਕਰਦਾ ਬੰਦੇ ਦਾ ਕਰਤਾਰ ਕੀ ਹੈ ਬੰਦੇ ਦੀ ਨੇਚਰ कैसी ਹੈ ਬੰਦਾ ਦਾ ਕਰੈਕਟਰ ਕੀ ਹੈ ਇਹ ਮਹਿਤਾ ਇਸ ਚੀਜ਼ ਨੂੰ ਦੇਖਿਆ ਜਾਂਦਾ ਹੈ ਆਮਾ ਦੀ ਪਾਰਟੀ ਦੀਆਂ ਕਿਹੜੀਆਂ ਨੀਤੀਆਂ ਸੀ ਜਾਂ ਕੀ ਕਿਹੜੀ ਖਾਸ ਗੱਲ ਲੱਗੀ ਉਹ ਉਹਨਾਂ ਦੇ ਕਿਸੇ ਵੀ ਲੀਡਰ ਚਾ ਕੇਜਰੀਵਾਲ ਚ ਕਹਿ ਲੋ ਜਾਂ ਭਗਵੰਤ ਮਾਨ ਚ ਕਹਿ ਲੋ ਇਹ ਉਹਨਾਂ ਦੀਆਂ ਨੀਤੀਆਂ ਕਿਹੜੀਆਂ ਸੀ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਸੀ ਪਹਿਲੀ ਤਾਂ ਮੈਨੂੰ ਇਹ ਪਸੰਦ ਨਹੀਂ ਇੱਕ ਬੰਦਾ ਪੰਜਾਬ ਦੀ ਆਰਗੇਨਾਈਜੇਸ਼ਨ ਦੇ ਵਿੱਚ ਪੰਜਾਬ ਦੇ ਪ੍ਰਧਾਨ ਦੀ ਨਹੀਂ ਚੱਲਣ ਦਿੰਦਾ ਕਿਸੇ ਵੀ ਅਹੁਦੇਦਾਰ ਦੀ ਕੋਈ ਇੰਨੀ ਪਾਵਰ ਨਹੀਂ ਹੈ ਵੀ ਉਹ ਇੱਕ ਮੈਂਬਰ ਵੀ ਲਾ ਦੇ ਕਿਸੇ ਨੂੰ ਜੁਆਇਨ ਵੀ ਕਰਾ ਦੇ ਕੋਈ ਅਨਾਉਂਸਮੈਂਟ ਕਰ ਦੇ ਜਿੰਨੀਆਂ ਜੁਆਇਨਿੰਗਾਂ ਜਿੰਨੇ ਅਹੁਦੇਦਾਰ ਇਵਨ ਦਾ ਇਨ ਬਲਾਕ ਦੇ ਵਿੱਚ ਮੈਂਬਰ ਵੀ ਛੋਟ-ਛੋਟੀਆਂ ਅਹੁਦੇਦਾਰੀਆਂ ਵੀ ਉਹ ਵੀ ਉਹਨਾਂ ਦੇ ਉੱਪਰੋਂ ਲਾ ਕੇ ਦਿਨੂ ਲਾ ਕੇ ਆਉਂਦੀਆਂ ਨੇ ਤੇ ਜੇ ਕੋਈ ਕੁਝ ਵੀ ਕਰਨਾ ਹੈ ਰਾਗਵ ਚੱਡੇ ਨਹੀਂ ਕਰਨਾ ਇਹਨਾਂ ਨੇ ਜਰਨੈਲ ਸਿੰਘ ਨੂੰ ਪ੍ਰਭਾਰੀ ਬਣਾਇਆ ਐਜੇ ਸਿੱਖ ਪੰਜਾਬ ਦਾ ਪਰ ਕਿੱਡਾ ਧੋਖਾ ਹੈ ਉਹਦੀ ਕਿਤੇ ਵੀ ਨਹੀਂ ਚੱਲਦੀ ਉਹਦੀ ਕੋਈ ਨਹੀਂ ਸੁਣਵਾਈ ਨਹੀਂ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ ਕਿਸੇ ਨੂੰ ਜੁਆਇਨ ਕਰਨਾ ਹੈ ਕਿਸੇ ਦੇ ਖਿਲਾਫ ਬੋਲਣਾ ਹੈ ਕੋਈ ਗਾਰੰਟੀ ਦੇਣੀ ਹੈ ਕੁਝ ਵੀ ਕਰਨਾ ਹੈ ਤਾਂ ਸਾਰਾ ਕੁਝ ਰਾਗ ਵਿੱਚ ਡਾ ਤੇ ਕੇਸ਼ਰੀਵਾਲ ਕਰਦੇ ਨੇ ਜਦੋਂ ਉਹ ਪਾਰਟੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਨਹੀਂ ਚੱਲਣ ਦੇ ਰੇ ਕੱਲ ਨੂੰ ਸਰਕਾਰ ਆ ਗਈ ਸਰਕਾਰ ਚ ਉਹਨਾਂ ਨੇ ਕਿਹਨੂੰ ਕੀ ਦੀ ਚੱਲਣ ਦੇਣੀ ਐ ਤੁਹਾਡੀ ਪਾਰਟੀ ਚ ਨਹੀਂ ਐਲਾਨ ਛੜੂਨੀ ਕਰਨਗੇ ਛੜੂਨੀ ਪੰਜਾਬ ਤੋਂ ਨੇ ਪੰਜਾਬ ਛੜੂਨੀ ਬੇਸ਼ੱਕ ਅੱਜ ਹਰਿਆਣੇ ਤੋਂ ਨੇ ਪਰ ਉਹ ਜੰਪਲ ਪੰਜਾਬ ਦੇ ਨੇ ਉਹਨਾਂ ਦੀ ਅੱਜ ਵੀ ਜ਼ਮੀਨ ਪੰਜਾਬ ਚ ਐ ਅੱਜ ਵੀ ਮਰਦਾਂਪੁਰ ਪਿੰਡ ਉਹਦਾ ਪੰਜਾਬ ਚ ਐ ਇੱਕ ਭਾਈ ਉਹਦਾ ਪੰਜਾਬ ਚ ਐ ਠੀਕ ਹੈ ਦੂਜਾ ਵੀ ਬਿਲਕੁਲ ਐਡਜੋਇਨਿੰਗ ਨਾਲ ਹੈ ਨੰਬਰ 1 ਨੰਬਰ 2 ਉਹਨੇ ਮੈਨੂੰ ਪੂਰੀਆਂ ਪਾਵਰਾਂ ਦੇ ਕੇ ਰੱਖਿਆ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਸਾਰੇ ਅਹੁਦੇਦਾਰ ਮੈਂ ਬਣਾਈ ਨੇ ਕਦੇ ਵੀ ਮੇਰੇ ਚੋਂ ਉਹ ਨਹੀਂ ਕੀਤਾ ਫਿਰ ਟਿਕਟਾਂ ਦੇ ਵਿੱਚ ਵੀ ਤੁਸੀਂ ਪੁੱਛ ਲੋ ਜਿੰਨੀਆਂ ਟਿਕਟਾਂ ਦੱਸਦੀਆਂ ਦਾ ਦਿੱਤੀਆਂ ਨਹੀਂ ਮੈਂ ਦਿੱਤੀਆਂ ਨੇ ਇਹ ਇਹ ਪਾਵਰ ਤਾਂ ਦਿੱਤੀ ਹੋਈ ਹੈ ਨਾ ਫਿਰ ਉਹਨਾਂ ਨੇ ਤਾਂ ਪਾਰਟੀ ਦੇ ਵਿੱਚ ਕੋਈ ਅਹੁਦਾ ਵੀ ਨਹੀਂ ਲਿਆ ਨਾ ਉਹ ਪ੍ਰਧਾਨ ਨੇ ਸਿਰਫ ਸਰਪ੍ਰਸਤਾ ਸੀ ਬਣਾਇਆ ਉਹਨਾਂ ਨੂੰ ਉਹਨਾਂ ਦੀ ਸਰਪ੍ਰਸਤੀ ਥੱਲੇ ਅਸੀਂ ਕਮਾਂਡ ਥੱਲੇ ਉਹ ਕਰਨਾ ਚਾਹੁੰਦੇ ਸੀ ਪਾਰਟੀ ਦੇ ਤਾਂ ਨਾ ਕਨਵੀਨਰ ਨੇ ਕੁਝ ਵੀ ਨਹੀਂ ਹਨ ਤੇ ਉਹਨਾਂ ਨੇ ਤਾਂ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਪਲੈਟਫਾਰਮ ਬਣਾ ਕੇ ਦਿੱਤਾ ਸੀ ਉਹ ਇਸ ਚੀਜ਼ ਨੂੰ ਲੈ ਕੇ ਆਏ ਸੀ ਜੇ ਉਹਨਾਂ ਦੇ ਮਨ 'ਚ ਲਾਲਚ ਹੁੰਦਾ ਉਹ ਪ੍ਰਧਾਨ ਬਣਦੇ ਪੰਜਾਬ 'ਚ ਅਜ ਇਲੈਕਸ਼ਨ ਲੜਦੇ ਅਸੀਂ ਕਿਹੜਾ ਉਹਨਾਂ ਨੂੰ ਟਿਕਟ ਨੂੰ ਜਵਾਬ ਦੇਣਾ ਸੀ ਲੜ ਸਕਦੇ ਸੀਗੇ ਪਰ ਫਿਰ ਵੀ ਉਹਨਾਂ ਨੇ ਕੀਤਾ ਨਹੀਂ ਹੈ ਉਹਨਾਂ ਨੇ ਪੂਰੀਆਂ ਆਪਾਰਾਂ ਪੰਜਾਬ ਦੇ ਲੋਕਾਂ ਉ ਦੇ ਕੇ ਰੱਖਿਆ ਨਹੀਂ ਜੀ ਜੀ ਸ਼ੁਕਰੀਆ ਭਾਈ ਧੰਨਵਾਦ ਗੱਲਬਾਤ ਕਰਨ ਦੀ ਸੋ ਇਸਨ ਰਸਪਾਲ ਸਿੰਘ ਜੋੜਾ ਮਾਜਰਾ ਜਿਹੜੇ ਸਯੁਕਤ ਸਮਾਜ ਮੋਰਚੇ ਵੱਲੋਂ ਚੋਣ ਲੜ ਰਹੇ ਨੇ ਜਿਨ੍ਹਾਂ ਦਾ ਕਹਿਣਾ ਜੇਕਰ ਉਹ ਉਹਨਾਂ ਦੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਤਾਂ ਉਹ ਲੋਕਾਂ ਨੂੰ ਦੱਸ ਦੇਣਗੇ ਕਿ ਸਰਕਾਰ ਕਿਵੇਂ ਚਲਾਉਂਦੀ ਆ ਤੇ ਜੇਕਰ ਉਹ ਵਿਰੋਧੀ ਧਿਰ ਦੇ ਵਿੱਚ ਆਉਂਦੇ ਨੇ ਤਾਂ ਉਹ ਆਮ ਆਦਮੀ ਪਾਰਟੀ ਨੂੰ ਦੱਸ ਦੇਣਗੇ ਕਿ ਵਿਰੋਧੀ ਧਿਰ ਦੀ ਭੂਮਿਕਾ ਕੀ ਹੁੰਦੀ ਆ ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀ ਬਰਟਾਲ ਅਖਰ ਦੇ